ਸਾਡੀ ਜਿਹੜੀ ਲਾਸਟ ਮੁਲਾਕਾਤ ਆ ਸਿੱਧੂ ਬਾਈ ਦੀ ਹਨਾ ਜੀ, ਉਹਨਾਂ ਨੇ ਗਾਣਾ ਸੁਣਾਇਆ ਲਾਸਟ ਰਾਈਡ, ਤੇ ਪ੍ਰੀਤ ਸਾਡੇ ਨਾਲ ਬੈਠੀ, ਉਹਨੂੰ ਬਾਈ ਨੂੰ ਕਹਿੰਦੀ ਵੀ ਤੁਹਾਨੂੰ ਤੁਸੀਂ ਆਪਦੇ ਘਰਦਿਆਂ ਨੂੰ ਨੀ ਇਹੋ ਜਿਹੇ ਗਾਣੇ ਸੁਣਾਉਂਦੇ, ਤੇ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਸੁਣਾਉਂਗਾ ਦੁੱਖ ਲੱਗੂਗਾ ਵੀ ਮੈਂ ਰਿਲੀਜ਼ ਹੀ ਕਰ ਦੇਣਾ, ਅਸੀਂ ਕਿਵੇਂ ਮਿਲਦੇ ਹਾਂ, ਓਕੇ ਬਾਈ ਓਕੇ ਬਾਈ ਓਕੇ ਬਾਈ। ਉਹ ਬੰਦਾ ਆਇਆ, ਅਸੀਂ ਮਿਲ ਰਹੇ ਹਾਂ ਹੁਣ ਵੀ, ਹੁਣ ਬਾਏ ਆ ਵੀ ਹੁਣ ਚੱਲੇ ਹਾਂ ਅਸੀਂ ਹਨਾ। ਇੱਕ ਜਦੋਂ ਨਾ ਜੱਫੀ ਪਾਈ, ਜੱਫੀ ਪਾ ਕੇ ਤੇ ਉਹ ਜਿਹੜੀ ਇੱਕ ਘੁੱਟਣ ਹੁੰਦੀ ਹੈ ਉਹ ਅਲੱਗ ਹੀ ਸੀ, ਉਹ ਬਹੁਤ ਅਲੱਗ ਸੀ, ਅਲੱਗ ਸੀ। ਤੇ ਇੱਕ ਹੱਥ ਫੜ ਲੇ, ਮੈਨੂੰ ਤਾਂ ਅੱਜ ਵੀ ਜੇ ਤੇ ਮੇਰੇ ਦੋਨੋਂ ਹੱਥ ਫੜੇ ਅੱਖਾਂ ਦੇ ਵਿੱਚ, ਅੱਖਾਂ ਪਾ ਕੇ ਵੀ ਜਾਨ ਕਦੀ ਦਬਣਾ ਨੀ ਲਾਈਫ ਦੇ ਵਿੱਚ, ਵੀ ਘੈਂਟ ਹੀ ਹੋਊਗਾ। ਤੇ ਉਹ ਜਿਹੜੀ ਸ਼ੋਅ ਹੁੰਦੀ ਹੈ ਨਾ, ਉਹ ਸਾਰਾ ਕੁਛ ਬਿਆਨ ਕਰਦੇ, ਤੁਸੀਂ ਬੋਲਣ ਦੀ ਲੋੜ ਨਹੀਂ ਹੁੰਦੀ। ਤੇ ਮੈਂ ਗੱਡੀ ਦੇ ਵਿੱਚ ਬਹਿੰਦੇ ਆ, ਸਾਰੀ ਸੁੱਖ ਬਾਈ ਨੂੰ ਇਹ ਗੱਲ ਕਹੀ, ਮੈਂ ਕਿਹਾ ਵੀਰੇ ਸਿੱਧੂ ਬਾਈ ਅੱਜ ਸਾਨੂੰ ਐਂ ਮਿਲ ਕੇ ਗਿਆ ਵੀ ਜਿਵੇਂ ਜਿਵੇਂ ਮਿਲ ਲੈਣ ਦਿੰਦਾ। ਸੱਚੀ ਇਹਨੇ ਕਿਹਾ ਸੈਮ ਨੇ, ਮੈਂ ਕਿਹਾ ਹਨਾ ਜਿਵੇਂ ਕਹਿੰਦਾ ਯਾਰ ਕੋਈ ਅਜੀਬ ਜਿਹਾ ਲੱਗਦਾ ਸੀ, ਕੋਈ ਅਜੀਬ ਜਿਹੀ ਦੁਨੀਆ ਸੀਗੀ, ਅਜੀਬ ਜਿਹੀ ਐਨਰਜੀ ਸੀਗੀ ਉੱਥੇ, ਰਿਲੈਕਸ ਪਾਣੀ। ਨਹੀਂ 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 ਉਹ ਤਾਂ ਮੈਂ ਗੱਲ ਕਰ, ਕਿਉਂਕਿ ਜੀ ਦੱਸਿਆ ਕੀ ਹੈ ਜੀ, ਆਪਾਂ ਹੈਗੇ ਇਮੋਸ਼ਨਲ ਬੰਦੇ ਜੀ, ਹਾਂਜੀ ਹਾਂਜੀ, ਮੈਂ ਅਸੀਂ ਸ਼ੂਟ ਵੀ ਕਰਦੇ ਹਾਂ, ਅਸੀਂ ਸਾਰਾ ਕੁਛ ਕਰਦੇ ਹਾਂ, ਹੁਣ ਅਸੀਂ ਇੰਨਾ ਕੁਛ ਕਰਕੇ ਅੱਜ ਇੱਥੇ ਵੀ ਬੈਠੇ ਹਾਂ ਹਨਾ, ਹੁਣ ਅਸੀਂ ਇੱਕ ਉਮੀਦ ਲੈ ਕੇ ਆਏ ਕਿ ਸਾਨੂੰ ਸਾਨੂੰ ਪਤਾ ਹੀ ਨਹੀਂ ਗਾ ਕਿ ਅਸੀਂ ਇੱਥੇ ਤੱਕ ਬੈਠਣ ਵਿੱਚ ਸਾਡੇ ਨਾਲ ਕਿਹੜੀਆਂ ਰੂਹਾਂ ਜੁੜੀਆਂ, ਸਾਨੂੰ ਅੱਜ ਤੱਕ ਲੋਕਾਂ ਨੇ ਇੰਨਾ ਪਿਆਰ ਦੇ ਕੇ ਇੱਥੇ ਤੱਕ ਬਿਠਾਇਆ, ਹੁਣ ਸੁੱਖ ਸੰਘੇੜਾ ਹਨਾ ਇਹਨਾਂ ਦਾ ਉਹਨਾਂ ਨੂੰ ਨਾਮ ਦਿੱਤਾ ਕਿ ਮੈਂ ਸੜਕ 'ਤੇ ਤੁਰਿਆ ਹੀ ਜਾਂਦਾ ਹੋਵਾਂ ਮੈਨੂੰ ਪਛਾਣ ਲੈਂਦੇ ਆ ਹਨਾ। ਅਤੇ ਉਹ ਬੰਦਾ ਇੱਦਾਂ ਦਾ ਸੀਗਾ ਜੀ ਕਿ ਮੈਨੂੰ ਉਹੀ ਕਹਿੰਦਾ ਮੈਂ ਇੱਕ ਐਨਰਜੀ ਦੁਨੀਆ 'ਤੇ ਆਈ, ਉਹ ਆਪਦਾ ਕੰਮ ਕੀਤਾ, ਉਹਨੇ ਲੋਕ ਜਿੰਦਾ ਕੀਤੇ, ਕਿੰਨੇ ਨੂੰ ਉਹ ਰੋਟੀ ਪਾ ਗਿਆ ਜੀ, ਇਹ ਤੁਹਾਨੂੰ ਸਭ ਨੂੰ ਐਨਰਜੀ ਸਾਰਾ ਨੂੰ ਪਤਾ, ਅਤੇ ਉਹ ਚਲਿਆ ਗਿਆ। ਸਾਡੀ ਜਿਹੜੀ ਲਾਸਟ ਮੁਲਾਕਾਤ ਆ ਸਿੱਧੂ ਬਾਈ ਦੇ ਨਾਲ ਹਨਾ ਜੀ, ਉਹ ਇੱਕ ਬਹੁਤ ਹੀ ਮਤਲਬ ਸਮਝਣ ਵਾਲੀ ਗੱਲ ਆ ਉਹਦੇ ਵਿੱਚ, ਇਹ ਵੀ ਮੁਲਾਕਾਤ ਕਰਨੀ ਹੈ ਹੁਣ, ਅਤੇ ਬਾਈ ਦਾ ਫੋਨ ਆਉਂਦਾ ਵੀ ਚਲੋ ਮਿਲਦੇ ਹੈ, ਅਤੇ ਫਿਰ ਕਹਿੰਦੇ ਵੀ ਮੇਰੀ ਕੱਲ੍ਹ ਸਵੇਰੇ ਫਲਾਈਟ ਹੈ 9 ਵਜੇ, ਚਲੋ ਪ੍ਰੋਗਰਾਮ ਸਵੇਰ ਦੇ ਬਣ ਰਹੇ ਆ, ਕੈਂਸਲ ਹੋ ਰਿਹਾ ਬਣ ਰਿਹਾ ਕੈਂਸਲ ਹੋ ਰਿਹਾ, ਐਂਡ ਜੇ ਡਿਸਾਈਡ ਹੋਇਆ ਵੀ ਕੋਈ ਨਹੀਂ ਮੈਂ ਸ਼ੋਅ ਲਾਉਣ ਆਉਣਾ ਵੀ ਆਪਾਂ ਫਿਰ ਮਿਲ ਲਵਾਂਗੇ, ਵੀ ਚਲੋ ਕੋਈ ਨਾ ਹੁਣ ਇਸ ਵਾਰ ਰਹਿਣ ਦਿੰਦੇ ਹਾਂ। ਫਿਲਮ ਰਿਲੀਜ਼ ਸੀਗੀ ਭਾਈ, ਹਾਂ, ਅਤੇ ਇਨਸਾਨ ਦੇ ਪਤਾ ਨਹੀਂ ਮਾਇੰਡ ਦੇ ਵਿੱਚ ਕੀ ਆਇਆ, ਰਾਤ ਨੂੰ 9 ਵਜੇ ਕਾਲ ਆਉਂਦਾ, ਸਾਡੇ ਤੋਂ 1.5 ਘੰਟਾ ਦੂਰ ਹੈ, ਕਹਿੰਦਾ ਫਲਾਣੇ ਫਲਾਣੇ ਲੰਡਨ ਦੇ ਰੈਸਟੋਰੈਂਟ ਦੇ ਵਿੱਚ ਮਿਲਦੇ, ਮੈਂ ਗੱਡੀ ਪਾ ਲਈ, ਤੁਸੀਂ ਆ ਜਾਓ। ਠੀਕ ਹੈ, ਜਿਵੇਂ ਮੁਲਾਕਾਤ ਕਰਨੀ ਹੁੰਦੀ ਉਹ ਜੀ, ਅਸੀਂ ਰੈਸਟੋਰੈਂਟ ਦੇ ਵਿੱਚ ਗਏ ਹਾਂ, ਜਾ ਕੇ ਬੈਠੇ ਹਾਂ, ਅਤੇ ਗੱਲਾਂ ਸ਼ੁਰੂ ਹੋ ਗਈਆਂ, ਅਤੇ ਬੰਦਾ ਕਹਿੰਦਾ ਵੀ ਮੈਂ ਨਾ ਬਹੁਤ ਸਪਿਰਚੁਅਲ ਹੋ ਗਿਆ ਭਾਜੀ, ਹੁਣ ਸੁਖਵੀਰ ਨੇ ਕਹਿਣ ਦੱਸਣ ਲੱਗੇ ਵੀ ਕਹਿੰਦਾ ਮੈਂ ਹੁਣ ਸਵੇਰੇ ਉੱਠ ਕੇ ਨਿਤਨੇਮ ਕਰਨ ਲੱਗ ਗਿਆ, ਅਤੇ ਮੈਂ ਨਾ ਗਾਣਿਆਂ ਦੇ ਵਿੱਚ ਅਤੇ ਮੇਰੇ ਸੁਭਾਅ ਦੇ ਵਿੱਚ ਵੀ ਬਹੁਤ ਚੇਂਜ ਹੈ ਹੁਣ, ਅਤੇ ਉਹਨਾਂ ਨੇ ਗਾਣਾ ਸੁਣਾਇਆ ਲਿਖਿਆ ਉਦੋਂ ਵੀ ਸੈਟਿਸਫਾਈ, ਜਿਹਨਾਂ ਦਿੱਤਾ ਮਾਲਕ ਨੇ ਸੈਟਿਸਫਾਈ, ਅਤੇ ਉਹਨਾਂ ਨੇ ਉਹ ਗਾਣਾ ਸੁਣਾਇਆ, ਗਾਣਾ ਸੁਣਾ ਕੇ ਉਹ ਸਾਰਾ ਨਾ ਮਤਲਬ ਕਿ ਮਾਹੌਲ ਉੱਦਾਂ ਦਾ ਹੋ ਗਿਆ ਗਮਗੀਨ ਜਿਹਾ, ਕਹਿੰਦੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਇਸ ਨਾ ਦੁਨੀਆਂ ਦੇ ਉੱਤੇ ਕਈ ਰੂਹਾਂ ਇਹੋ ਜਿਹੀਆਂ ਆਉਂਦੀਆਂ ਹੁੰਦੀਆਂ ਵਾ ਜਿਨ੍ਹਾਂ ਨੂੰ ਜਿਤਾਉਣ ਦੇ ਵਿੱਚ ਸਾਰੀ ਕੁਦਰਤ ਲੱਗੀ ਹੁੰਦੀ ਹੈ, ਉਹ ਕਦੀ ਹਾਰ ਹੀ ਨਹੀਂ ਸਕਦੀਆਂ, ਪੂਰੀ ਕੁਦਰਤ ਦਾ ਜ਼ੋਰ ਲੱਗਾ ਹੁੰਦਾ ਵੀ ਉਹਨਾਂ ਨੂੰ ਜਿਤਾਉਣਾ ਹੈ, ਅਤੇ ਉਹਨਾਂ ਨੇ ਜਿੱਤਣਾ ਹੀ ਹੁੰਦਾ, ਬਟ ਉਹਨਾਂ ਦੀ ਇੱਕ ਤਰਾਸ ਦੀ ਹੁੰਦੀ ਹੈ ਵੀ ਉਹ ਮਰਦੀਆਂ ਹੁੰਦੀਆਂ, ਵੀ ਉਹ ਮਰਦੀਆਂ ਹੁੰਦੀਆਂ, ਅਤੇ ਉਦੋਂ ਬਾਅਦ ਉਹਨਾਂ ਨੇ ਗਾਣਾ ਸੁਣਾਇਆ ਲਾਸਟ ਰਾਈਡ, ਅਤੇ ਪ੍ਰੀਤ ਸਾਡੇ ਨਾਲ ਬੈਠੀ, ਉਹਨੂੰ ਬਾਈ ਨੂੰ ਕਹਿੰਦੀ ਵੀ ਤੁਹਾਨੂੰ ਤੁਸੀਂ ਆਪਦੇ ਘਰਦਿਆਂ ਨੂੰ ਨੀ ਇਹੋ ਜਿਹੇ ਗਾਣੇ ਸੁਣਾਉਂਦੇ, ਤੇ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਸੁਣਾਉਂਗਾ ਦੁੱਖ ਲੱਗੂਗਾ ਵੀ ਮੈਂ ਰਿਲੀਜ਼ ਹੀ ਕਰ ਦੇਣਾ। ਚਲੋ ਕੱਟ ਟੂ ਸਾਡਾ ਡਿਨਰ ਫਿਨਿਸ਼ ਹੁੰਦਾ, ਅਸੀਂ ਨਾ ਆਪਦੀ ਵੈਨ ਦੇ ਬਾਹਰ, ਹੁਣ ਅਸੀਂ ਕਿਸੇ ਨੂੰ ਸੀ ਆਫ ਕਰਨਾ, ਹੁਣ ਸਵੇਰ ਦੀਆਂ ਅਸੀਂ 20 ਇੰਟਰਵਿਊਜ਼ ਕਰ ਲਈਆਂ, ਅਸੀਂ ਕਿਵੇਂ ਮਿਲਦੇ ਹਾਂ, ਓਕੇ ਬਾਈ ਓਕੇ ਬਾਈ ਓਕੇ ਬਾਈ। ਉਹ ਬੰਦਾ ਆਇਆ, ਅਸੀਂ ਮਿਲ ਰਹੇ ਹਾਂ ਹੁਣ ਵੀ, ਹੁਣ ਬਾਏ ਹੈ ਵੀ ਹੁਣ ਚੱਲੇ ਹਾਂ ਅਸੀਂ ਹਨਾ। ਇੱਕ ਜਦੋਂ ਨਾ ਜੱਫੀ ਪਾਈ, ਜੱਫੀ ਪਾ ਕੇ ਤੇ ਉਹ ਜਿਹੜੀ ਇੱਕ ਘੁੱਟਣ ਹੁੰਦੀ ਹੈ ਉਹ ਅਲੱਗ ਹੀ ਸੀ, ਉਹ ਬਹੁਤ ਅਲੱਗ ਸੱਚੀ ਅਲੱਗ ਸੀ, ਤੇ ਇੱਕ ਹੱਥ ਫੜ ਲੇ, ਮੈਨੂੰ ਤਾਂ ਅੱਜ ਵੀ ਜੇ ਤੇ ਮੇਰੇ ਦੋਨੋਂ ਹੱਥ ਫੜੇ ਅੱਖਾਂ ਦੇ ਵਿੱਚ, ਅੱਖਾਂ ਪਾ ਕੇ ਵੀ ਜਾਨ ਕਦੀ ਦਬਣਾ ਨੀ ਲਾਈਫ ਦੇ ਵਿੱਚ, ਵੀ ਘੈਂਟ ਹੀ ਹੋਊਗਾ। ਤੇ ਉਹ ਜਿਹੜੀ ਸ਼ੋਅ ਹੁੰਦੀ ਹੈ ਨਾ, ਉਹ ਸਾਰਾ ਕੁਛ ਬਿਆਨ ਕਰਦੇ, ਤੁਸੀਂ ਬੋਲਣ ਦੀ ਲੋੜ ਨਹੀਂ ਹੁੰਦੀ। ਤੇ ਮੈਂ ਗੱਡੀ ਦੇ ਵਿੱਚ ਬਹਿੰਦੇ ਹਾਂ, ਸਾਰੀ ਸੁੱਖ ਬਾਈ ਨੂੰ ਇਹ ਗੱਲ ਕਹੀ, ਮੈਂ ਕਿਹਾ ਵੀਰੇ ਸਿੱਧੂ ਬਾਈ ਅੱਜ ਸਾਨੂੰ ਐਂ ਮਿਲ ਕੇ ਗਿਆ ਵੀ ਜਿਵੇਂ ਜਿਵੇਂ ਮਿਲ ਲੈਣ ਦਿੰਦਾ। ਸੱਚੀ ਇਹਨੇ ਕਿਹਾ ਸੈਮ ਨੇ, ਮੈਂ ਕਿਹਾ ਹਨਾ ਜਿਵੇਂ ਕਹਿੰਦਾ ਯਾਰ ਕੋਈ ਅਜੀਬ ਜਿਹਾ ਲੱਗਦਾ ਸੀ, ਕੋਈ ਅਜੀਬ ਜਿਹੀ ਦੁਨੀਆ ਸੀਗੀ, ਅਜੀਬ ਜਿਹੀ ਐਨਰਜੀ ਸੀਗੀ ਉੱਥੇ, ਰਿਲੈਕਸ ਪਾਣੀ। ਨਹੀਂ 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 ਉਹ ਤਾਂ ਮੈਂ ਗੱਲ, ਕਿਉਂਕਿ ਜੀ ਦੱਸਿਆ ਕੀ ਹੈ ਜੀ, ਆਪਾਂ ਹੈਗੇ ਇਮੋਸ਼ਨਲ ਬੰਦੇ ਜੀ, ਹਾਂਜੀ ਹਾਂਜੀ, ਮੈਂ ਅਸੀਂ ਸ਼ੂਟ ਵੀ ਕਰਦੇ ਹਾਂ, ਅਸੀਂ ਸਾਰਾ ਕੁਛ ਕਰਦੇ ਹਾਂ, ਹੁਣ ਅਸੀਂ ਇੰਨਾ ਕੁਛ ਕਰਕੇ ਅੱਜ ਇੱਥੇ ਵੀ ਬੈਠੇ ਹਾਂ ਹਨਾ, ਹੁਣ ਅਸੀਂ ਇੱਕ ਉਮੀਦ ਲੈ ਕੇ ਆਏ ਕਿ ਸਾਨੂੰ ਸਾਨੂੰ ਪਤਾ ਹੀ ਨਹੀਂ ਗਾ ਕਿ ਅਸੀਂ ਇੱਥੇ ਤੱਕ ਬੈਠਣ ਵਿੱਚ ਸਾਡੇ ਨਾਲ ਕਿਹੜੀਆਂ ਰੂਹਾਂ ਜੁੜੀਆਂ, ਸਾਨੂੰ ਅੱਜ ਤੱਕ ਲੋਕਾਂ ਨੇ ਇੰਨਾ ਪਿਆਰ ਦੇ ਕੇ ਇੱਥੇ ਤੱਕ ਬਿਠਾਇਆ, ਹੁਣ ਸੁੱਖ ਸੰਘੇੜਾ
ਹਨਾ ਇਹਨਾਂ ਦਾ ਉਹਨਾਂ ਨੂੰ ਨਾਮ ਦਿੱਤਾ ਕਿ ਮੈਂ ਸੜਕ ਤੇ ਤੁਰਿਆ ਹੀ ਜਾਂਦਾ ਹੋਵਾਂ ਮੈਨੂੰ ਪਛਾਣ ਲੈਂਦੇ ਆ ਹਨਾ ਤੇ ਉਹ ਬੰਦਾ ਇੱਦਾਂ ਦਾ ਸੀਗਾ ਜੀ ਕਿ ਮੈਨੂੰ ਉਹੀ ਕਹਿੰਦਾ ਮੈਂ ਇੱਕ ਐਨਰਜੀ ਦੁਨੀਆਂ 'ਤੇ ਆਈ ਉਹ ਆਪਦਾ ਕੰਮ ਕੀਤਾ ਉਹਨੇ ਉਹਨੇ ਲੋਕ ਜਿੰਦਾ ਕੀਤੇ ਕਿੰਨੇ ਨੂੰ ਉਹ ਰੋਟੀ ਪਾ ਗਿਆ ਜੀ ਇਹ ਤੁਹਾਨੂੰ ਸਭ ਨੂੰ ਐਨਰਜੀ ਸਾਰਿਆਂ ਨੂੰ ਪਤਾ ਅਤੇ ਉਹ ਚੱਲਿਆ ਗਿਆ ਜੀ ਪ੍ਰੀਤ ਇੱਕ ਸਾਡੀ ਐਗਜ਼ਾਮਪਲ ਆ ਜੀ ਪ੍ਰੀਤ ਦਾ ਅਸ ਵੀਡੀਓ ਕੀਤਾ ਸੀ ਉਦੋਂ ਬਾਅਦ ਵਿੱਚ ਪ੍ਰੀਤ ਦਾ ਸਿਸਟਮ ਮੈਂ ਜੀ ਮੈਂ ਜਿੱਦਣ ਦੁਬਈ ਭਾਜੀ ਦੇ ਨਾਲ ਸਿੱਧੂ ਬਾਈ ਦੇ ਵੀਡੀਓ ਸ਼ੂਟ ਕਰਨ ਗਿਆ ਮੈਂ ਟਰੱਕ ਚਲਾ ਕੇ ਘਰੋਂ ਆਪਦਾ ਸਮਾਨ ਚੱਕ ਕੇ ਫਲਾਈਟ ਦੇ ਵਿੱਚ ਬੈਠਾ ਠੀਕ ਹੈ ਮੈਂ ਸ਼ੂਟ ਕਰਕੇ ਅਸੀਂ ਵਾਪਸ ਆਏ ਹਾਂ ਉਹ ਦਿਨ ਤੋਂ ਬਾਅਦ ਜਿੱਦਣ ਪਹਿਲੀ ਵਾਰੀ ਸਿੱਧੂ ਮੇਰੇ ਸਿੱਧੂ ਬਾਈ ਕੈਮਰੇ ਮੂਹਰੇ ਖੜਿਆ ਅਤੇ ਰੋਲ ਕੀਤਾ ਉਸ ਤੋਂ ਬਾਅਦ ਮੈਂ ਕਦੀ ਟਰੱਕ ਚਲਾਉਂਦੀ ਗਿਆ ਅੱਜ ਤੱਕ ਲਾਈਫ ਦੇ ਵਿੱਚ ਮੈਂ ਫੁੱਲ ਟਾਈਮ ਹੀ ਇਹ ਕਰ ਰਿਹਾ ਸਮਝਦੇ ਪਾਵਰ ਗੋਟ ਉਸ ਤੋਂ ਬਾਅਦ ਮੋਹ ਬਾਰਬੀ ਵਾਲਾ ਫਿਰ ਇੱਕ ਸਾਡਾ ਹੀਲਾਂ ਕਰਾਂ ਕਰ ਮੈਚ ਤੇਰੇ ਨਾਲ ਜਿਹੜਾ ਆਇਆ ਨੀ ਗਾ ਹਨਾ ਹਨਾ ਇਹ ਸੋਂਗ ਕੀਤੇ ਪਲੱਸ ਉਹ ਕਹਿੰਦਾ ਵੀਰੇ ਆਪਾਂ ਇੱਕ ਅੰਬਰਵੀਰ ਦਾ ਮੂਵੀ ਕਰ ਰਿਹਾ ਸੀ ਅੰਬਰਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਯਾਰ ਆਪਾਂ ਸਿੱਧੂ ਨੂੰ ਪੁੱਛ ਆਪਾਂ ਮੂਵੀ ਕਰਨੀ ਆ ਹਨਾ ਮੈਂ ਕਹਿੰਦਾ ਵੀ ਆਪਣਾ ਸਿਟਿੰਗ ਨਹੀਂ ਬੈਠ ਰਹੀ ਹਨਾ ਅਤੇ ਉਹਦਾ ਇੰਨਾ ਤਿੰਨਾਂ ਮਹੀਨੇ ਸਾਨੂੰ ਇੰਨਾ ਦਿੱਤਾ ਕਿ ਕਹਿੰਦਾ ਵੀਰੇ ਤੂੰ ਦੱਸ ਕਿੱਥੇ ਖੜਨਾ ਕੀ ਕਰਨਾ ਮੈਂ ਤੇਰੇ ਲਈ ਖੜਾਂ ਅੱਛਾ ਅਤੇ ਮੈਂ ਤਿੰਨ ਮਹੀਨੇ ਹੋਏ ਸੀਗੇ ਜੀ ਮਿਲਣ ਨੂੰ ਮੈਂ ਅੰਬਰਵੀਰਾ ਡੇਢ ਸਾਲ ਤੋਂ ਉਹਨੂੰ ਟਰਾਈ ਕਰ ਰਿਹਾ ਸੀਗਾ ਬੈਠਣ ਨੂੰ ਹਨਾ ਅਤੇ ਮੈਂ ਕਿਹਾ ਵੀਰੇ ਆਪਣਾ ਭਰਾ ਵਾ ਅੰਬਰ ਅਤੇ ਆਪਾਂ ਫਿਲਮ ਬਣਾਉਣੀ ਆ ਮੈਂ ਬਣੂੰਗਾ ਡਾਇਰੈਕਟਰ ਆਪਾਂ ਸਾਰਾ ਰਲ ਮਿਲ ਕੇ ਕਰਾਂਗੇ ਤੂੰ ਜਾ ਕੇ ਉੱਥੇ ਗੱਲ ਕਰ ਲਈ ਕਹਿੰਦਾ ਵੀਰੇ ਜਾਣ ਆਪਾਂ ਜਾਂਦੇ ਸਾਰ ਹੀ ਹਨਾ ਵਿਦ ਇਨ ਵੀਕ ਦੇ ਵਿੱਚ ਅੰਬਰਵੀਰੇ ਨੂੰ ਪੁੱਛ ਲਿਓ ਉਹਦੇ ਨਾਲ ਟੇਬਲ 'ਤੇ ਬੈਠਾ ਸੀ